ਅੱਛਾ ਜੀ, ਸਾਨੂੰ ਜਿਹੜਾ ਅੱਗੇ ਮੈਂ ਦਰਬਾਰ ਦੇ ਬਾਰੇ ਦੱਸਿਆ, ਆਹ ਵੇਖੋ ਜੀ ਉਹਦੇ ਕੋਲ ਮੈਂ ਪਹੁੰਚਿਆ ਖਲੋਤਾਂ, ਅਤੇ ਤਕਰੀਬਨ ਇਹਦੀ ਹੁਣ ਬੈਕ ਸਾਈਡ ਤੁਹਾਨੂੰ ਮੈਂ ਤੋੜ ਅੰਦਰ ਲੈ ਕੇ ਜਾਣਾ ਵਾ, ਅਤੇ ਇੱਥੇ ਨਾਲ ਬੜਾ ਵੱਡਾ ਦਰਖਤ ਹੈ ਬੋਰਡ ਦਾ, ਜਿਹਦੀ ਮਾਸ਼ਾਅੱਲਾ ਬੜੀ ਠੰਡੀ ਛਾਂ ਹੈ, ਅਤੇ ਦਰਬਾਰ 'ਤੇ ਹੁਣ ਔਰਤਾਂ ਦਾ ਰਸ਼ ਹੀ ਆਉਣਾ ਕਿਉਂਕਿ ਸ਼ਾਮ ਦਾ ਵੇਲਾ ਅਤੇ ਨਾਲੇ ਅਸਰ ਦੀ ਨਮਾਜ਼ ਦਾ ਟਾਈਮ ਹੈ, ਇਸ ਵਾਸਤੇ ਹੁਣ ਰਸ਼ ਹੋਣਾ। ਆਹ ਵੇਖੋ ਜੀ ਇਹਦੀ ਬੈਕ ਸਾਈਡ ਹੈ, ਇਹ ਸੈਯਦ ਪੀਰ ਮੁਰਾਦ ਅਲੀ ਸ਼ਾਹ ਦਾ ਜੀ, ਜੋ ਕਿ ਇਸ ਦੁਨੀਆ 'ਤੇ ਪਰਦਾ ਕਰ ਗਏ ਨੇ, ਅਤੇ ਨਾਲ ਉਹਨਾਂ ਦੇ ਹੋਰ ਅਜ਼ੀਜ਼ ਹਨ ਜਿਨ੍ਹਾਂ ਦੇ ਵਿੱਚ ਮਜ਼ਾਰਾਂ ਨੇ। ਅੱਛਾ ਜੀ, ਹੁਣ ਆਪਾਂ ਥੋੜ੍ਹਾ ਹੋਰ ਨਜ਼ਦੀਕ ਹੋ ਜਾਈਏ ਤਾਂ ਕਿ ਤੁਹਾਨੂੰ ਸਾਰਾ ਤਾਰਫ ਕਰਾਉਂਦੇ ਹਾਂ ਇਹਨਾਂ ਦਾ। ਆਹ ਵੇਖੋ ਜੀ ਹੁਣ ਮੈਂ ਇਹਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ, ਇਹ ਨਾਲ ਉਰਲੀ ਸਾਈਡ 'ਤੇ ਦਰਾ ਸੀ ਜਿਹਦੇ ਵਿੱਚ ਬੱਚੀਆਂ ਇਲਮ ਹਾਸਿਲ ਕਰਦੀਆਂ ਨੇ, ਨਾਲੇ ਇੱਥੇ ਦੀਨੀ ਇਲਮ ਦਿੱਤਾ ਜਾਂਦਾ, ਅਤੇ ਇਹਦੇ ਨਾਲ ਦਰਬਾਰ ਦੇ ਨਾਲ ਜ਼ਮੀਨ ਹੈ ਜਿੱਥੇ ਹਰ ਸਾਲ ਫਸਲ ਕੱਢੀ ਜਾਂਦੀ ਹੈ, ਅਤੇ ਹੁਣ ਇੱਥੇ ਚਰੀ ਦੇ ਪੱਠੇ ਕੱਢੇ ਨੇ, ਅਤੇ ਉਤਲੇ ਮਹੀਨੇ ਜੁਲਾਈ ਦੇ ਮਹੀਨੇ 'ਚ ਇੱਥੇ ਮੇਲਾ ਲੱਗਣਾ, ਮਾਸ਼ਾਅੱਲਾ ਸਾਲਾਨਾ ਮੇਲਾ ਲੱਗਦਾ, ਅਤੇ ਬੜਾ ਹੀ ਰਸ਼ ਹੁੰਦਾ ਮੇਲੇ 'ਤੇ, ਅਤੇ ਹੁਣ ਇਸ ਵਕਤ ਇਹਨਾਂ ਜਗ੍ਹਾ ਖਾਲੀ ਕਰ ਦੇਣੀ ਹੈ। ਅੱਛਾ ਜੀ, ਸਭ ਤੋਂ ਪਹਿਲੇ ਇੱਥੇ ਆ ਵੇਖੋ ਬੜਾ ਵੱਡਾ ਦਰਖਤ ਲੱਗਾ, ਦਰਖਤ ਬੜੀਆਂ ਕਿਸਮਾਂ ਦੇ ਨੇ, ਮੈਨੂੰ ਨਾਂ ਨਹੀਂ ਹੁੰਦਾ, ਇੱਥੇ ਤਾਂ ਤੂਤ ਹੀ ਆ, ਆਹ ਸ਼ਰੀਂ ਆ, ਆਹ ਜਾਮਨੂ ਦੇ ਵੱਡੇ ਵੱਡੇ ਬੂਟੇ ਲੱਗੇ ਨੇ, ਅਤੇ ਹਰ ਸਾਲ ਜਾਮਨੂ ਲੱਗਦੇ ਨੇ, ਤਾਂ ਉਰਲੀ ਸਾਈਡ 'ਤੇ ਦਰਾ ਸਾ। ਅੱਛਾ ਜੀ, ਮੈਂ ਆਹ ਮਸਜਿਦ ਦੇ ਅੰਦਰ ਆ ਗਿਆ, ਇਹ ਮਸਜਿਦ ਦੇ ਮਾਸ਼ਾਅੱਲਾ ਬੜੀ ਪਿਆਰੀ ਬਣਾਈ ਹੈ, ਆਹ ਵੇਖੋ ਜੀ ਛੋਟੀ ਹੈ ਲੇਕਿਨ ਬੜੀ ਖੂਬਸੂਰਤ ਹੈ। ਇਸ ਤੋਂ ਬਾਅਦ ਤੁਹਾਨੂੰ ਮੈਂ ਬਾਹਰ ਦਾ ਨਜ਼ਾਰਾ ਕਰਨਾ ਵਾਂ, ਅਤੇ ਇੱਥੇ ਇਮਾਮ ਸਾਹਿਬ ਬਹਿ ਕੇ ਦਰਸ ਦਿੰਦੇ ਨੇ, ਆਹ ਵੇਖੋ ਜੀ ਮਾਸ਼ਾਅੱਲਾ ਬੜੀ ਖੂਬਸੂਰਤ ਬਣਾਈ ਇਹਨਾਂ ਨੇ। ਇਸ ਤੋਂ ਬਾਅਦ ਤੁਹਾਨੂੰ ਬਾਹਰ ਦਾ ਕਰਿਆਨਿਆਂ ਦੀ ਨਜ਼ਾਰਾ। ਅੱਛਾ ਜੀ, ਆਹ ਇੱਥੇ ਬੜਾ ਵੱਡਾ ਵਾਨ ਦਾ ਦਰਖਤ ਹੈ, ਅਤੇ ਆਹ ਜੀ ਮਸਜਿਦ ਦਾ ਬਾਹਰਲਾ ਹਿੱਸਾ ਜੀ, ਇੱਥੇ ਛਾਂ ਕੀਤੀ ਤਾਂ ਕਿ ਗਰਮੀਆਂ ਨਮਾਜ਼ ਪੜ੍ਹ ਸਕੇ, ਅਤੇ ਆਹ ਬੱਚਾ ਇੱਥੇ ਹਿਫਜ਼ ਕਰਦਾ, ਅਤੇ ਮਾਸ਼ਾਅੱਲਾ ਹੁਣ ਕੁਰਾਨ ਪਾਕ ਦੀ ਤਲਾਵਤ ਕਰਦਾ ਪਿਆ। ਇਸ ਤੋਂ ਬਾਅਦ ਇੱਥੇ ਆਹ ਫਰਸ਼ ਲੱਗੇ ਨੇ, ਅਤੇ ਇੱਧਰਲੀ ਪਾਸੇ ਆ ਪੀਰਾਂ ਦੀਆਂ ਮਖਸੂਸ ਕਬਰਾਂ ਵਾਂ, ਉਹ ਵੀ ਕਬਰਾਂ ਨੇ। ਅੱਛਾ ਜੀ, ਤੁਹਾਨੂੰ ਹੁਣ ਮੈਂ ਬਾਬੇ ਦੇ ਮੇਰੇ ਨਜ਼ਾਰ ਦੇ ਅੰਦਰ ਲੈ ਚੱਲਣਾ ਵਾਂ। ਆਹ ਵੇਖੋ ਜੀ ਇਹ ਦਰਬਾਰ ਹੈ ਬਾਬਾ ਮੁਰਾਦ ਸ਼ਾਹ ਦਾ, ਅਤੇ ਆਹ ਤੁਹਾਨੂੰ ਜਿਹੜਾ ਪਹਿਲ ਦੱਸਿਆ ਕਿ ਦਰਖਤ, ਅਤੇ ਆਹ ਤੁਹਾਨੂੰ ਦੱਸਿਆ ਕਿ ਬੱਚਿਆਂ ਨੂੰ ਸੈਰ ਕਰਨ ਆਏ ਨੇ। ਇੱਕ ਸਾਈਡ ਦਾ ਦਰਵਾਜ਼ਾ ਆਓ ਜੀ ਮਜ਼ਾਰ ਦਾ। ਅੱਛਾ ਜੀ, ਹੁਣ ਮੈਂ ਬਿਲਕੁਲ ਮਜ਼ਾਰ ਦੇ ਸਹਿਨ ਦੇ ਕੋਲ ਆ ਗਿਆ, ਆਹ ਇਹਨਾਂ ਦਰਬਾਰ ਦਾ ਨਾਮ ਹੈ ਜੀ, ਅਤੇ ਆਹ ਸਹਿਨ ਹੈ, ਅਤੇ ਹੁਣ ਸਫਾਈ ਦਾ ਟਾਈਮ ਹੈ, ਅਤੇ ਔਰ ਸਫਾਈ ਕਰਦੀ ਪਈ ਹੈ। ਇਸ ਤੋਂ ਬਾਅਦ ਆਹ ਚਾਰ ਦੀਵਾਰੀ ਹੈ, ਅਤੇ ਆ ਤੁਹਾਨੂੰ ਇਹ ਸੈਰ ਦੀਆਂ ਸੈਰ ਕਰਾਉਂਦਾ ਹਾਂ। ਅੱਛਾ ਜੀ, ਇੱਥੇ ਜੀ ਜਦੋਂ ਉਰਸ ਲੱਗਦਾ ਇੱਥੇ ਬਹਿ ਕੇ ਕੁਆਲੀ ਹੁੰਦੀ ਹੈ, ਅਤੇ ਉਹ ਜਗ੍ਹਾ ਜਿੱਥੇ ਕੁਆਲੀ ਕਰਦੇ ਨੇ, ਅਤੇ ਨਾਲ ਇੱਥੇ ਘੋੜਾ ਨਾਚ ਹੁੰਦਾ ਉਸ ਜਗ੍ਹਾ 'ਤੇ, ਕਿਉਂਕਿ ਇੱਥੇ ਘਾਟੀ ਛਾਂ ਹੈ, ਅਤੇ ਇਸ ਵਾਸਤੇ, ਅਤੇ ਨਾਲ ਇੱਧਰ ਉੱਧਰ ਫਸਲਾਂ ਵਾ ਲੋਕਾਂ ਨੇ ਗੱਡੀਆਂ। ਬੜਾ ਵੱਡਾ ਦਰਖਤ ਹੈ ਬੋਰਡ ਦਾ। ਅੱਛਾ ਜੀ, ਆਹ ਉਹ ਬਜ਼ੁਰਗ ਹਨ ਜਿਹੜੇ ਇੱਥੇ 24 ਘੰਟੇ ਡਿਊਟੀ ਦਿੰਦੇ ਨੇ, ਸਫਾਈ ਸਾਰੀ ਕਰਦੇ ਨੇ। ਅੱਛਾ ਜੀ, ਹੁਣ ਆਹ ਉਹ ਜਗ੍ਹਾ ਜਿੱਥੇ ਬਹਿ ਕੇ ਵਸੂ ਕੀਤੀ ਆ, ਵੇਖੋ ਜੀ ਨਮਾਜ਼ ਦੇ ਟਾਈਮ। ਇਸ ਤੋਂ ਬਾਅਦ ਤੁਹਾਨੂੰ ਦਰਸ ਵਿਖਾਉਣਾ ਵਾ, ਜਿੱਥੇ ਬੱਚੀਆਂ ਜਿਹੜਾ ਮਾਸਾ ਕਰਦੀਆਂ ਨੇ, ਤੁਹਾਨੂੰ ਵਿਖਾਉਂਦਾ, ਲੇਕਿਨ ਉੱਥੇ ਜਾਣ ਦੀ ਜ਼ਰੂਰਤ ਨਹੀਂ, ਆਹ ਦੇਖੋ ਠੰਡੇ ਪਾਣੀ ਦੀ ਸਹੂਲਤ ਮੌਜੂਦ ਹੈ, ਮੈਨੂੰ ਹੁਣ ਪਿਆਸ ਲੱਗੀ ਮੈਂ ਵੀ ਪੀ ਲਵਾਂ। ਆਖੋ ਜੀ ਖੱਜੀ ਦੇ ਦਰਖਤ ਲੱਗੇ ਨੇ ਮਾਸ਼ਾਅੱਲਾ। ਅੱਛਾ ਜੀ, ਮੈਂ ਇੱਥੇ ਪਾਣੀ ਪੀਤਾ, ਇੱਥੇ ਦਾ ਪਾਣੀ ਦਾ ਜ਼ਾਇਕਾ ਹੀ ਮਾਸ਼ਾਅੱਲਾ ਬੜਾ ਅੱਛਾ, ਜਿਸ ਤਰ੍ਹਾਂ ਫਿਲਟਰ ਦਾ ਜ਼ਾਇਕਾ ਹੁੰਦਾ ਜੀ। ਆਹ ਵੇਖੋ ਜੀ, ਅਤੇ ਇੱਥੇ ਸਾਰੇ ਦਰਬਾਰ 'ਤੇ ਮਸਜਿਦ ਬਿਜਲੀ ਜਾਂਦੀ ਹੈ, ਆਹ ਲੱਗਾ ਜੀ। ਅੱਛਾ ਜੀ, ਇਸ ਸਾਈਡ 'ਤੇ ਮੈਂ ਬਾਹਰਲੀ ਸਾਈਡ 'ਤੇ ਆ ਗਿਆ, ਅਤੇ ਤੁਹਾਨੂੰ ਇਸ ਬਾਬੇ ਦਾ ਮਕਾਨ ਵਿਖਾਉਂਦਾ ਵਾ ਜਿਹੜਾ। ਅੱਛਾ ਜੀ, ਇਸ 'ਤੇ ਇੱਕ ਹੋਰ ਖਾਸ ਗੱਲ ਇਹ ਕਿ ਇੱਥੇ ਬਾਬੇ ਨੇ ਮੁਰਗੀਆਂ ਰੱਖੀਆਂ ਨੇ ਸ਼ੌਂਕ ਵਾਸਤੇ, ਅਸੀਲ ਮੁਰਗੀਆਂ, ਅਤੇ ਆਹ ਬਾਬੇ ਦੇ ਹਮਸਾਏ ਨੇ, ਤਾਂ ਵਾਸਤੇ ਇੱਥੇ ਆਏ ਬੈਠੇ ਨੇ, ਗੱਪਾਂ ਛੱਪਾਂ ਮਾਰਦੇ ਨੇ ਬਾਬੇ ਨਾਲ, ਅਤੇ ਆਹ ਪੱਕਾ ਰੋਡ ਇੱਕ ਹੀ ਜਾਂਦਾ ਵਾ, ਇਸੇ ਰੋਡ 'ਤੇ ਮੈਂ ਵੀ ਜਾਣਾ ਵਾ। ਅੱਛਾ ਜੀ, ਆਹ ਵੇਖੋ ਜੀ ਲੋਕ ਬੈਠੇ ਨੇ ਇੱਥੇ। ਅੱਛਾ ਜੀ, ਆਹ ਉਹ ਕਮਰਾ ਹੈ ਜਿਹਦੇ ਵਿੱਚ ਬਾਬਾ ਰਹਿੰਦਾ, ਇਸ ਟਾਈਮ ਬੰਦ ਹੈ,
ਅਗਰ ਖੁੱਲ੍ਹਾ ਹੁੰਦਾ ਤਾਂ ਕੱਲ੍ਹ ਮੈਂ ਸਟਾਰਟ ਕਰਾਉਂਦਾ। ਅਤੇ ਆਹ ਬਾਬੇ ਜੀ ਪਹਿਲਾਂ ਝੌਂਪੜੀ ਹੈ, ਮਤਲਬ ਕਿ ਕਿਚਨ ਹੈ ਜਿੱਥੇ ਖਾਂਦਾ ਪੀਂਦਾ। ਅੱਛਾ ਜੀ, ਹੁਣ ਮੈਂ ਘਰ ਦੀ ਤਰਫ ਚੱਲਣਾ ਵਾ। ਅਜੇ ਇੱਥੇ ਬਾਬੇ ਨੇ ਹੋਰ ਕਿਸਮਾਂ ਦੇ ਪੌਦੇ ਲਾਏ ਨੇ, ਮੈਂ ਕਹਿੰਦਾ ਵਾ ਸਾਰਾ ਦਿਨ ਬਾਬਾ ਇੱਥੇ ਹਾਜ਼ਰੀ ਦਿੰਦਾ। ਅਤੇ ਆਹ ਰੋਡ ਹੈ, ਇਸ ਤੋਂ ਅੱਗੇ ਕਬਰਕਿਸਤਾਨ ਸ਼ੁਰੂ ਹੋ ਜਾਂਦਾ ਹੈ, ਅੱਗੇ ਕਰਕੇ ਕਬਰਕਿਸਤਾਨ ਦੇ ਮੈਂ ਉਹਦੀ ਤਰਫ ਜਾਂਦਾ ਪਿਆ ਵਾਂ। ਅਤੇ ਵੇਖੋ ਜੀ, ਹੁਣ ਲੋਕਾਂ ਨੇ ਇੱਥੇ ਪੱਠੇ ਮੁਕਾਉਣੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਉਤਲੇ ਮਹੀਨੇ ਇੱਥੇ ਉਰਸ ਲੱਗਣਾ ਅਤੇ ਜਗ੍ਹਾ ਖਾਲੀ ਹੋਣਾ ਬੜੀ। ਅਜ਼ਬਿੱਲਾ ਮਿਨਸ਼ ਸ਼ੈਤਾਨ ਰਜੀਮ, ਬਿਸਮਿੱਲਾ ਰਹਿਮਾਨ ਰਹੀਮ। ਤਮਾਮ ਦੋਸਤਾਂ ਨੂੰ ਅਸਲਾਮ ਅਲੈਕੁਮ। ਅੱਛਾ ਜੀ ਦੋਸਤੋ, ਅੱਜ ਮੈਂ ਆਪਣੇ ਕਾਲਜ 'ਚ ਛੁੱਟੀ ਕਰਕੇ ਛੋਟੇ ਭਰਾ ਨੂੰ ਚੱਕ ਸ਼ੇਖ ਤੈਯਬ ਹਾਈ ਸਕੂਲ ਛੱਡਣ ਆਇਆ। ਅਤੇ ਇਸ ਚੱਕ ਵਿੱਚ ਇੱਕ ਦਰਬਾਰ ਹੈ ਹਜ਼ਰਤ ਬਾਬਾ ਸ਼ੇਖ ਤੈਯਬ, ਅਤੇ ਹੁਣ ਉਹਨਾਂ ਦੀ ਮੈਂ ਮਜ਼ਾਰ 'ਤੇ ਖੜ੍ਹਾ ਵਾਂ, ਤੁਹਾਨੂੰ ਮਜ਼ਾਰ ਵਿਖਾਉਣਾ ਜੀ। ਆਹ ਵੇਖੋ ਜੀ, ਹਜ਼ਰਤ ਬਾਬਾ ਸ਼ੇਖ ਤੈਯਬ ਦਰਬਾਰ ਹੈ, ਅਤੇ ਇੱਥੇ ਬਾਬੇ ਸ਼ੇਖ ਤੈਯਬ ਦੇ ਕਬੂਤਰ ਆਉਂਦੇ ਨੇ। ਅਤੇ ਹੁਣ ਤੁਹਾਨੂੰ ਮੈਂ ਮਜ਼ਾਰ ਦੇ ਅੰਦਰ ਲੈ ਕੇ ਜਾਂਦਾ ਵਾਂ। ਇਹ ਮਜ਼ਾਰ ਦਾ ਇੱਕੋ ਦਰਵਾਜ਼ਾ ਹੈ। ਆਹ ਵੇਖੋ ਜੀ, ਮਾਸ਼ਾਅੱਲਾ ਬੜੀ ਖੂਬਸੂਰਤ ਮਜ਼ਾਰ ਹੈ। ਲੂਣ ਪਿਆ ਹੈ, ਇਸ ਲੂਣ ਸ਼ਫਾ ਹੈ ਹਰ ਕਿਸਮ ਦੀ। ਇਸ ਤੋਂ ਇਲਾਵਾ ਮਾਸ਼ਾਅੱਲਾ ਅਲਮਾਰੀ ਬਣੀ ਹੈ, ਕਹਿੰਦੇ ਕੁਰਾਨੇ ਪਾਕ ਪੈਣ। ਅਤੇ ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਅੱਲਾਹ ਤਾਲਾ ਇਹਨਾਂ ਨੂੰ ਜੰਨਤ ਦੀ ਜਗ੍ਹਾ ਤਾਂ ਫਰਮਾਵੇ। ਇਹ ਅਲਮਾਰੀ ਹੈ ਜਿਸ ਕੁਰਾਨੇ ਪਾਕ ਪੈਣ, ਤੁਹਾਨੂੰ ਵੀ ਖਾਂਦੇ ਹਾਂ ਪੁਰਾਣੇ ਪਾਕ। ਆਹ ਵੇਖੋ ਜੀ, ਮੁਖਤਲਿਫ ਕਿਤਾਬਾਂ ਪਈਆਂ ਨੇ। ਇਸ ਤੋਂ ਇਲਾਵਾ ਇੱਕ ਅਲਮਾਰੀ ਹੈ। ਆਹ ਵੇਖੋ ਜੀ, ਜਿਹਦੇ ਵਿੱਚ ਖੂਬਸੂਰਤ ਜੋੜਾ ਕਬੂਤਰਾਂ ਦਾ ਪਿਆ। ਆਹ ਵੇਖੋ ਜੀ, ਮਾਸ਼ਾਅੱਲਾ ਬੜੇ ਖੂਬਸੂਰਤ ਕਬੂਤਰ ਨੇ, ਇਹ ਤਕਰੀਬਨ ਹਜ਼ਾਰਾਂ ਦੀ ਤਾਦਾਦ ਨੇ ਇੱਥੇ ਕਬੂਤਰ ਰਹਿੰਦੇ ਨੇ। ਅੱਛਾ ਜੀ, ਹੁਣ ਮੈਂ ਤੁਹਾਨੂੰ ਮਸਜਿਦ ਦੀ ਤਰਫ ਲੈ ਕੇ ਜਾਂਦਾ ਵਾਂ। ਆਹ ਕਬਰਾਂ ਵੀ ਹੈ ਨੇ। ਵੇਖੋ ਜੀ, ਉਸ ਤੋਂ ਪਹਿਲੇ ਆ ਮਾਸ਼ਾਅੱਲਾ, ਆਹ ਵੇਖੋ ਜੀ, ਬੜਾ ਪੁਰਾਣਾ ਵਾਣ ਹੈ, ਤਕਰੀਬਨ ਇਹਦੀ 100 ਸਾਲ ਉਮਰ ਹੋਣੀ ਹੈ। ਆਹ ਵੇਖੋ ਜੀ, ਜਿਹੜੇ ਆਹ ਗਾਨੇ ਬੱਧੇ ਨੇ, ਇੱਥੇ ਲੋਕ ਆਉਂਦੇ ਨੇ ਅਤੇ ਆਪਣੀਆਂ ਮੰਨਤਾਂ ਮੰਨ ਕੇ ਜਾਂਦੇ ਨੇ, ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਫਿਰ ਆ ਕੇ ਖੋਲ੍ਹਦੇ ਨੇ ਅਤੇ ਆਪਣੀ ਮੰਨਤ ਲਾ ਜਾਂਦੇ ਨੇ। ਆਹ ਵੇਖੋ, ਮਾਸ਼ਾਅੱਲਾ ਕਿਸੇ ਨੇ ਇਤਨੀਆਂ ਮੰਨਤਾਂ ਮੰਨੀਆਂ ਨੇ। ਅਤੇ ਦਰਖਤ ਹੀ ਬਹੁਤ ਪੁਰਾਣਾ ਹੈ, ਅਤੇ ਇੱਥੇ ਹਰ ਜੁਮੇਰਾਤ ਚਿਰਾਗ ਬੰਦੀ ਹੁੰਦੀ ਹੈ। ਅੱਛਾ ਜੀ, ਹੁਣ ਆਪਾਂ ਚੱਲਦੇ ਹਾਂ ਮਸਜਿਦ ਦੀ ਤਰਫ। ਆਹ ਮਸਜਿਦ ਦਾ ਸਹਿਨ ਹੈ ਜੀ,